ਜੋ ਭੈਣ ਕੁਲਵਿੰਦਰ ਕੌਰ ਦੀ ਰਾਤ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਸ਼ਨਲ ਮੀਡੀਆ ਨੇ, ਜਿਹੜਾ ਉਹ ਭੰਡੀ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ, ਔਰ ਭੰਡੀ ਪ੍ਰਚਾਰ ਇੱਧਰ ਤੇ ਸ਼ੁਰੂ ਕਰ ਲਿਆ, ਪਰ ਦੂਜੇ ਪਾਸੇ ਜੋ ਕੰਗਣਾ ਰਣੌਤ ਨੇ ਕੱਲ੍ਹ ਦਾ ਬਦਾ ਤਿਆਜ਼ਾ ਬਿਆਨ ਆ, ਉਹ ਖਾਲਿਸਤਾਨੀ ਕਹਿ ਰਹੇ, ਉਹ ਅੱਤਵਾਦੀ ਕਹਿ ਰਹੀ ਆ। ਜੇ ਤਾਂ ਲੰਗਰ ਲਾਈ ਜਾਈਏ, ਇਹਨਾਂ ਦੇ ਜਸ ਗਾਈਏ ਜਾਈਏ, ਫਿਰ ਅਸੀਂ ਮਤਲਬ ਭਗਤ, ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫਿਰ ਅਸੀਂ ਅੱਤਵਾਦੀ ਹੋ ਗਏ, ਅਸੀਂ ਉਗਰਵਾਦੀ ਹੋ ਗਏ, ਅਸੀਂ ਖਾਲਿਸਤਾਨੀ ਹੋ ਗਏ। ਇਹ ਸੱਚੀ ਮੁੱਚੀ ਸੋਚਣਾ ਚਾਹੀਦਾ ਵਾ। ਉਹ ਆਪਣਾ ਬੀਬੀ ਕੁਲਵਿੰਦਰ ਕੌਰ ਨੇ ਭੈਣ ਨੇ ਉਹਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਗ ਨੇ ਜਿਹੜੀ ਜ਼ਿੰਦਗੀ ਜੀ ਆ, ਉਹਦੇ ਵਿੱਚੋਂ ਉਹਨੇ ਕੰਗਣਾ ਰਣੌਤ ਤੋਂ ਉਹਦਾ ਪਰਸ, ਉਹਦਾ ਮੋਬਾਈਲ, ਉਹ ਟ੍ਰੇ 'ਚ ਰੱਖਣ ਲਈ ਕਿਹਾ ਸੀਗਾ ਵੀ ਟ੍ਰੇ 'ਚ ਰੱਖ ਦਿਓ ਮੈਡਮ, ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਵਾ, ਇਹਦੀ ਸਕੈਨਰ ਹੋਣੀ ਆ, ਕਿਉਂਕਿ ਮੈਂ ਮੋਹਾਲੀ ਦੇ ਵਿੱਚ ਵਾਂ ਤੇ ਮੇਰੀ ਇਹ ਡਿਊਟੀ ਬਣਦੀ ਆ ਵੀ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲੰਘਾਵਾਂ। ਪਰ ਇਹਦੇ ਬਾਵਜੂਦ ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹ ਹੀ ਵਿਹਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਦੋਂ ਮਾਵਾਂ ਭੈਣਾਂ ਨੂੰ 100-100 ਰੁਪਏ ਦੀ ਦਿਹਾੜੀਦਾਰ ਦੱਸ ਰਹੀ ਸੀ। ਅੱਜ ਪਰਿਵਾਰ ਦੇ ਨਾਲ ਮਿਲੇ ਆ, ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨੇ, ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ, ਮਤਲਬ ਪੂਰਾ ਡੁੱਬਿਆ ਹੋਇਆ ਏਰੀਆ ਸੀ, ਇੱਥੇ ਹੜਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ। ਇਹਦੇ ਬਾਵਜੂਦ ਵੀ ਭਾਵੇਂ ਕਿੰਨਾ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਿਣਾ ਪੈ ਰਿਹਾ ਵਾ ਪਰਿਵਾਰ ਨੂੰ, ਪਰ ਇਹਦੇ ਬਾਵਜੂਦ ਵੀ ਸਾਰਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਆ, ਪੂਰਾ ਪੰਜਾਬ, ਪੂਰਾ ਵਿਸ਼ਵ, ਹਰੇਕ ਕਮਿਊਨਿਟੀ ਨਾਲ ਖੜੋਤੀ ਆ। ਇਹ ਦੋਵੇਂ ਫੋਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੋਤੇ ਆ। ਉਸ ਭੈਣ ਨੂੰ ਨਿਆਂ ਵੀ ਦਵਾਵਾਂਗੇ, ਉਹਦੀ ਨੌਕਰੀ ਵੀ ਬਰਕਰਾਰ ਰਹੂਗੀ, ਔਰ ਕੁਲਵਿੰਦਰ ਚੜ੍ਹਦੀ ਕਲਾ ਦੇ ਵਿੱਚ ਰਹੂਗੀ। ਜੋ ਭੈਣ ਕੁਲਵਿੰਦਰ ਕੌਰ ਦੀ ਰਾਤ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਵਾ ਪੂਰੇ ਸੋਸ਼ਲ ਮੀਡੀਆ ਦੇ ਇੰਟਰਨੈਸ਼ਨਲ ਮੀਡੀਆ ਨੇ, ਜਿਹੜਾ ਉਹ ਭੰਡੀ ਪ੍ਰਚਾਰ ਵੀ ਕਈਆਂ ਚੈਨਲਾਂ ਨੇ ਸ਼ੁਰੂ ਕੀਤਾ ਵਾ, ਔਰ ਭੰਡੀ ਪ੍ਰਚਾਰ ਇੱਧਰ ਤੇ ਸ਼ੁਰੂ ਕਰ ਲਿਆ, ਪਰ ਦੂਜੇ ਪਾਸੇ ਜੋ ਕੰਗਣਾ ਰਣੌਤ ਨੇ ਕੱਲ੍ਹ ਦਾ ਬਦਾ ਤਿਆਜ਼ਾ ਬਿਆਨ ਆ, ਉਹ ਖਾਲਿਸਤਾਨੀ ਕਹਿ ਰਹੇ, ਉਹ ਅੱਤਵਾਦੀ ਕਹਿ ਰਹੀ ਆ। ਜੇ ਤਾਂ ਲੰਗਰ ਲਾਈ ਜਾਈਏ, ਇਹਨਾਂ ਦੇ ਜਸ ਗਾਈਏ ਜਾਈਏ, ਫਿਰ ਅਸੀਂ ਮਤਲਬ ਭਗਤ, ਤੇ ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰ ਲਈ ਤੇ ਫਿਰ ਅਸੀਂ ਅੱਤਵਾਦੀ ਹੋ ਗਏ, ਅਸੀਂ ਉਗਰਵਾਦੀ ਹੋ ਗਏ, ਅਸੀਂ ਖਾਲਿਸਤਾਨੀ ਹੋ ਗਏ। ਇਹ ਸੱਚੀ ਮੁੱਚੀ ਸੋਚਣਾ ਚਾਹੀਦਾ ਵਾ। ਉਹ ਆਪਣਾ ਬੀਬੀ ਕੁਲਵਿੰਦਰ ਕੌਰ ਨੇ ਭੈਣ ਨੇ ਉਹਨੇ ਆਪਣੀ ਸਿਕਿਉਰਿਟੀ ਨੂੰ ਮੁੱਖ ਰੱਖਦਿਆਂ ਆਪਣੀ 15 ਸਾਲ ਦੀ ਬੇਦਾਗ ਨੇ ਜਿਹੜੀ ਜ਼ਿੰਦਗੀ ਜੀ ਆ, ਉਹਦੇ ਵਿੱਚੋਂ ਉਹਨੇ ਕੰਗਣਾ ਰਣੌਤ ਤੋਂ ਉਹਦਾ ਪਰਸ, ਉਹਦਾ ਮੋਬਾਈਲ, ਉਹ ਟ੍ਰੇ 'ਚ ਰੱਖਣ ਲਈ ਕਿਹਾ ਸੀਗਾ ਵੀ ਟ੍ਰੇ 'ਚ ਰੱਖ ਦਿਓ ਮੈਡਮ, ਇਹ ਸਕੈਨਿੰਗ ਦੇ ਵਿੱਚ ਦੀ ਲੰਘਣਾ ਵਾ, ਇਹਦੀ ਸਕੈਨਰ ਹੋਣੀ ਆ, ਕਿਉਂਕਿ ਮੈਂ ਮੋਹਾਲੀ ਦੇ ਵਿੱਚ ਵਾਂ ਤੇ ਮੇਰੀ ਇਹ ਡਿਊਟੀ ਬਣਦੀ ਆ ਵੀ ਮੈਂ ਸਾਰਾ ਕੁਝ ਸਕੈਨ ਕਰਕੇ ਇੱਥੋਂ ਲੰਘਾਵਾਂ। ਪਰ ਇਹਦੇ ਬਾਵਜੂਦ ਜੋ ਬੀਬੀ ਕੰਗਣਾ ਨੇ ਬੋਲਿਆ ਉਹਦਾ ਉਹ ਹੀ ਵਿਹਾਰ ਸੀ ਜਿਹੜਾ ਅੰਦੋਲਨ ਦੇ ਵਿੱਚ ਉਦੋਂ ਮਾਵਾਂ ਭੈਣਾਂ ਨੂੰ 100-100 ਰੁਪਏ ਦੀ ਦਿਹਾੜੀਦਾਰ ਦੱਸ ਰਹੀ ਸੀ। ਅੱਜ ਪਰਿਵਾਰ ਦੇ ਨਾਲ ਮਿਲੇ ਆ, ਬੇਸ਼ੱਕ ਉਹਨਾਂ ਦੇ ਪਿਤਾ ਜੀ ਮੰਜੇ ਦੇ ਉੱਤੇ ਨੇ, ਪਰਿਵਾਰ ਸਾਰਾ ਮੰਡ ਦੇ ਵਿੱਚ ਬੈਠਾ ਵਾ, ਮਤਲਬ ਪੂਰਾ ਡੁੱਬਿਆ ਹੋਇਆ ਏਰੀਆ ਸੀ, ਇੱਥੇ ਹੜਾਂ ਦੇ ਵਿੱਚ 10-10 ਫੁੱਟ ਪਾਣੀ ਵੀ ਰਿਹਾ। ਇਹਦੇ ਬਾਵਜੂਦ ਵੀ ਭਾਵੇਂ ਕਿੰਨਾ ਮਤਲਬ ਮਾਨਸਿਕ ਤਸ਼ੱਦਦ ਰਾਤ ਦਾ ਸਹਿਣਾ ਪੈ ਰਿਹਾ ਵਾ ਪਰਿਵਾਰ ਨੂੰ, ਪਰ ਇਹਦੇ ਬਾਵਜੂਦ ਵੀ ਸਾਰਾ ਪਰਿਵਾਰ ਚੜ੍ਹਦੀ ਕਲਾ ਦੇ ਵਿੱਚ ਆ, ਪੂਰਾ ਪੰਜਾਬ, ਪੂਰਾ ਵਿਸ਼ਵ, ਹਰੇਕ ਕਮਿਊਨਿਟੀ ਨਾਲ ਖੜੋਤੀ ਆ। ਇਹ ਦੋਵੇਂ ਫੋਰਮ ਜਿਹੜੇ ਆ ਉਹ ਚੜ੍ਹਦੀ ਕਲਾ ਨਾਲ ਖੜੋਤੇ ਆ। ਉਸ ਭੈਣ ਨੂੰ ਨਿਆਂ ਵੀ ਦਵਾਵਾਂਗੇ, ਉਹਦੀ ਨੌਕਰੀ ਵੀ ਬਰਕਰਾਰ ਰਹੂਗੀ, ਔਰ ਕੁਲਵਿੰਦਰ ਚੜ੍ਹਦੀ ਕਲਾ ਦੇ ਵਿੱਚ ਰਹੂਗੀ।